ਲੈ ਜਿਹੜੇ ਸਾਰਾ ਵੱਡਾ ਖਾਜਾ ਉਂਗਲੇ ਨਿਜ਼ਾਮ ਦੇ ਲਾਇ ਜਿਹੜੇ ਵੇਲੇ ਝਗੜਾ ਕਿਉਂ ਲੱਗਾ ਕਿ ਮੁਸਲਮਾਨ ਸਾਡੇ ਹਿੰਦ ਦੇ ਖਿਲਾਫ ਕਾਨਾ ਫੂਸੀ ਕਰਨ ਲੱਗੇ ਬਈ ਇਹਨੂੰ ਕੋ ਲੁੱਟੋ ਇਹਨੂੰ ਕੋ ਮਾਰੋ ਕੁੱਟੋ ਖਾਜੇ ਆਖਿਆ ਨਿਜ਼ਾਮਦੀਨ ਨੇ ਅਗਰ ਕਈ ਅੱਖ ਨਹੀਂ ਸਾਹਿਬ ਡਿੱਠੀ ਨਾ ਉਹਦੇ ਨਾਲ ਗੜਬੜ ਕਰ ਜਾਣਾ ਇਹ ਮੇਰੇ ਇਹ ਸਿਰਫ ਮੈਂ ਇਹਨਾਂ ਦਾ ਰਖਵਾਲਾ ਸਾਕੂ ਖਾਜਾ ਸਾਹਿਬ ਦਾ ਬੜਾ ਸਹਿਯੋਗ ਮਿਲਿਆ ਜੀ ਵਾਲੋ ਨਿਜ਼ਾਮਦੀਨ ਗੁੜਗਾਵਾਂ ਆਇਆ ਜੀ ਅੱਛਾ ਗੁੜਗਾਵਾਂ ਉਹ ਆਇਆ ਅਜਮੇਰ ਅੱਛਾ ਜਿਹੜੇ ਲੋਕਾਂ ਕੋ ਪਤਾ ਲੱਗਾ ਤੌਸੇ ਵਾਲੇ ਕੋ ਕਿ ਭਾਈ ਖਾਜਾ ਸਾਹਿਬ ਆਉਂਦੇ ਪਏ ਉਹਨੇ ਮੈਂ ਕਿਹਾ ਕਿ ਖਾਜਾ ਸਾਹਿਬ ਤੋਂ ਦਿੱਲੀ ਬਣ ਕੇ ਮਿਲੇ ਅੱਛਾ ਵੀ ਗੁੜਗਾਵਾਂ ਚਲੋ ਉਹ ਗੁੜਗਾਵ ਆਇਆ ਜੀ ਡੋਲ ਦਮਾਮੇ ਨਾਲ ਬੈਂਡ ਬਾਜੇ ਨਾਲ ਉਹਦਾ ਜਲੂਸ ਕੱਢਿਓ ਨੇ ਸਾਰੇ ਪੰਜਾਬੀ ਤੌਸੇ ਦੇ ਆਸ ਪਾਸ ਦੇ ਇਕੱਠੇ ਹੋਏ ਰਾਮ ਤੰਗ ਗੁਰਾਟੀ ਬਿਗਾੜ ਕੇ ਮਾਰ ਮਾਈਕ ਵਗੈਰਾ ਲੱਗਾ ਟੈਂਟ ਲੱਗਾ ਜਲੂਸ ਉਹਦਾ ਸਵਾਗਤ ਕੀਆ ਹਾਂਜੀ ਰੋ ਪਏ ਲੋਕ ਉਹ ਉਹਦੇ ਅੱਖੀ ਜਾ ਕੇ ਉਹ ਆ ਗਿਆ नमस्कार आदाब सत श्री अकाल मैं हाँ तुहाडा मिठड़ा भीरा मनु मेहता ते स्वागत है तुहाडा सारिया दा साडे यूट्यूब चैनल ते जिथे असां दिखेने यादा साडे उन्ने बुजुर्गे दी जिहड़े अज भी अपने दिल च वसाई वदन पाकिस्तान तो विभाजन दे बाद भले ही थई पहुँच गन लेकिन यादा अज भी सारे उवें दे उवें रखे वदन अज जो बुजुर्ग सन वाले ने पन उन्हां दा नां है बाल किशन खत्री ते उह तौसा शरीफ प्रॉपर दे रहण वाले हन एक एक चीज़ याद है ने क्या क्या किथा क्या है और सब तो वड्डी तारीफ की है उन्हें तौसा दरगाह वाले दी कि उन्हें दा मनन ये है कि अगर हिंदू कम्युनिटी को उवें ले कहीं ने जान बचा के सेफ आवन दिते तो दरगाह वाले हैं जिन्हें पूरी हिफाजत नाल उन्हें को बाकायदा मिलिट्री के हवाले किए और हिंदुस्तान वो सही सलामत आ पहुँचन तो उन्हें दा शुक्रिया अदा किए ਉਹਨਾਂ ਦੀ ਵੀਡੀਓ ਦਿਖਾਉਣ ਕੋਲੋਂ ਪਹਿਲੇ ਮੈਂ ਸਭ ਤੋਂ ਪਹਿਲੇ ਸ਼ੁਕਰੀਆ ਅਦਾ ਕਰਸਾਂ ਅਤਾਉਰ ਰਹਿਮਾਨ ਸਾਹਿਬ ਗੁਰਮਾਨੀ ਦਾ ਜਿਹਨੇ ਸਾਡੀ ਪਿਛਲੀ ਵੀਡੀਓ ਮੈਂ ਤੁਹਾਨੂੰ ਦਿਖਾਈ ਕਿ ਪਿਛਲੇ ਫੇਰੀ ਮੈਂ ਦੂ ਜੋ ਪਾਰਟ ਬਣਾਏ ਹਨ ਉਹ ਚੌਧਰੀ ਧਰਮਵੀਰ ਗਾਬਰ ਸਾਹਿਬ ਦੇ ਹਨ ਜਿਹੜੇ ਕੋਰਟ ਛੁੱਟਾ ਦੇ ਹਨ ਅਤੇ ਉਥਾਈ ਵੀ ਉਹਨਾਂ ਦੀ ਚੌਧਰੀਆਂ ਅਤੇ ਇਥਾਈ ਵੀ ਆ ਕੇ ਉਹਨੇ ਮਿਨਿਸਟਰ ਰਹੇ ਹਨ ਮੰਤਰੀ ਬਣੇ ਹਨ ਸਰਕਾਰੀ 'ਚ ਅੱਛੇ ਅੱਛੇ ਪਦੇ 'ਤੇ ਰਹੇ ਹਨ ਸਰਾਇਕੇ ਦਾ ਮਾਨ ਉੱਚੇ ਕੀਤੇ ਨੇ ਤਾਂ ਉਹਨੇ ਦੇ ਕੋਟ ਛੁੱਟਾ ਦੀ ਹਵੇਲੀ ਭੇਜੀ ਅਸਾਂ ਕੋ ਅਤਾਉਰ ਰਹਿਮਾਨ ਸਾਹਿਬ ਨੇ ਜਿਹੜੇ ਅਸਾਂ ਇਹ ਧਰਮਵੀਰ ਗਾਬਾ ਸਾਹਿਬ ਕੋ ਦਿਖਾਈਏ ਤਾਂ ਉਹਨੇ ਦੇ ਚਿਹਰੇ 'ਤੇ ਮਨੋ ਰੌਣਕ ਆ ਗਈ ਖੁਸ਼ੀ ਆ ਗਈ ਉਹਨੇ ਤਾਂ ਤੈ ਦਿਲ ਨਾਲ ਸ਼ੁਕਰੀਆ ਅਦਾ ਕੀਤੇ ਕੀਤੇ ਨਾਲ ਨਾਲ ਅਸਾਂ ਵੀ ਕਹਿੰਦੇ ਹਾਂ ਕਿ ਅਸਾਂ ਉਹਨੇ ਬਜ਼ੁਰਗ ਦੇ ਚਿਹਰੇ 'ਤੇ ਇੱਕ ਵਾਰੀ ਵੱਲ ਖੁਸ਼ੀ ਦਿਖਾ ਦਿੱਤੀ ਉਹਨੇ ਕੋ ਉਹਨੇ ਦਾ ਜਨਮ ਸਥਾਨ ਦਿਖਾ ਦਿੱਤੇ ਤਾਂ ਅਤਾਉਰ ਰਹਿਮਾਨ ਸਾਹਿਬ ਤੁਹਾਨੂੰ ਤਹਿ ਦਿਲ ਤੋਂ ਸ਼ੁਕਰੀਆ ਹੁਣ ਸ਼ੁਰੂ ਕਹਿੰਦੇ ਹਾਂ ਅੱਜ ਦੀ ਬਜ਼ੁਰਗਵਾਦ ਦੀ ਵੀਡੀਓ ਬਾਲ ਕਿਸ਼ਨ ਖੱਤਰੀ ਸਾਹਿਬ ਨਾਲ ਮਿਲਦੇ ਹੈ ਅਤੇ ਤੁਹਾਨੂੰ ਦਿਖੇਨੇ ਹੈ ਕਿ ਕਿਆ ਕਿਆ ਯਾਦ ਆ ਆਪਣੇ ਦਿਲੇ ਸਮਿਟੀ ਵਧਣ ਇਹ ਟਾਈਮ ਸਾਨੂੰ ਨੇ ਬਾਲ ਕਿਸ਼ਨ ਖੱਤਰੀ ਦੀ ਜਿਹੜੇ ਤੌਸਾ ਪ੍ਰੋਪਰ ਹੀ ਚਰਾਉਂਦੇ ਹਨ ਅਤੇ ਅੱਜ ਵੀ ਇਹਨੇ ਕੋ ਆਪਣੇ ਵਸਤੀ ਉਹਨੇ ਤਾਂ ਤੌਸਾ ਜੋ ਤਹਿਸੀਲ ਹੈ ਸਾਰਾ ਕੁਝ ਯਾਦ ਹੈ ਸਾਰੇ ਯਾਰ ਦੋਸਤ ਯਾਦ ਹਨ ਤਾਂ ਜ਼ਿਆਦਾ ਦੇਰ ਨਾ ਕਹਿੰਦੇ ਹੋਏ ਉਹ ਚਲਦੇ ਆ ਖੱਤਰੀ ਸਾਹਿਬ ਕੋਲੋਂ ਅਤੇ ਉਹਨੇ ਕੋਲੇ ਪੁੱਛਦੇ ਹੈ ਖੱਤਰੀ ਸਾਹਿਬ ਪਾਕਿਸਤਾਨ ਕਿੱਥੇ ਰਹਿੰਦੇ ਆ ਵੇ ਤੁਸਾਂ ਮੈਂ ਪਾਕਿਸਤਾਨ ਦੀ ਤੌਸਾ ਸ਼ਰੀਫ ਤਹਿਸੀਲ ਦੇ ਰਿਹਾ ਜੀ ਜਦੋਂ ਤਹਿਸੀਲ ਸੰਗੜ ਵੀ ਆ ਗਿਆ ਉਹ ਚਾਰ ਇਲਾਕਿਆਂ ਵਿੱਚ ਵੰਡਿਆ ਹੋਇਆ ਜੀ ਪੁਆਧੀ ਬਸਤੀ ਪਚਾਦੀ ਬਸਤੀ ਉੱਭਾ ਵੇੜਾ ਲੰਮਾ ਵੇੜਾ ਉਹਦੇ 'ਚ ਚਾਰ 'ਚ ਬਾਜ਼ਾਰ ਆਈ ਅੱਛਾ ਔਰ ਫਿਰ ਅੰਗੋਬੀਆ ਬਾਜ਼ਾਰ ਆਈ ਮੇਰੇ ਪਿਤਾ ਜੀ ਦੀ ਦੁਕਾਨ ਜਿਹੜੀ ਆਈ ਮੇਨ ਬਾਜ਼ਾਰ ਦੇ ਵਿੱਚ ਆਈ ਅਸਾਂ ਜਿੱਥੇ ਰਹਿੰਦੇ ਸੀ ਪੁਆਧੀ ਬਸਤੀ ਲਾਉਂਦੇ ਸੀ ਪੁਆਧੀ ਬਸਤੀ ਸਾਡੇ ਖੱਤਰੇ ਦੇ 8-10 ਘਰ ਇਕੱਠੇ ਹਨ ਉਹਦੇ ਬਾਅਦ ਮੁਸਲਮਾਨਾਂ ਦੇ ਘਰ ਹਨ ਇਹ ਪਾਸੇ ਪਹੁਜਾ ਵਗੈਰਾ ਲਾਉਂਦੇ ਹਨ ਮੰਦਰ ਹੈ ਉਹ ਕਹਿੰਦੇ ਹਨ ਭੰਜਣ ਰਾਮ ਜੀ ਦਾ ਮੰਦਰ ਭੰਜਣ ਰਾਮ ਜੀ ਦਾ ਮੰਦਰ ਅੱਛਾ ਉਹ ਕਹਿੰਦੇ ਹਨ ਸਾਡੇ ਸ਼ਹਿਰ 'ਚ ਇੱਕ ਅੱਛਾ ਵਪਾਰੀ ਆਈ ਬਹੁਤ ਅੱਛਾ ਵਪਾਰੀ ਆਈ ਉਹਦਾ ਨਾਂ ਨਾਂ ਆਈ ਗੇਲਾ ਰਾਮ ਰਾਜਪਾਲ ਅੱਛਾ ਕੱਪੜੇ ਦਾ ਕੰਮ ਵੀ ਆਈ ਪੈਸੇ ਵਾਲਾ ਵੀ ਆਈ ਵਪਾਰੀ ਆਈ ਮੈਂ ਕੋਈ ਪਤਾ ਲੱਗਾ ਜਿਵੇਂ ਮੈਂ ਆਇਆ ਗੁੜਗਾਵਾਂ 'ਚ ਅਸਾਂ ਰਾਵਣ ਲੱਗ ਗਿਆ ਵੱਲ ਮੈਂ ਪੁੱਛੇ ਕਈ ਨੂੰ ਕਿ ਯਾਰ ਉਹ ਜਿਹੜਾ ਗੇਲਾ ਰਾਮ ਰਾਜਪਾਲ ਆਈ ਉਹਨਾਂ ਕਹਿੰਦੀ ਉਹ ਲਾਜਪਤ ਨਗਰ ਦਿੱਲੀ ਵਿੱਚ ਸੈਟਲਡ ਹੈ ਇੱਕ ਵਾਰ ਮੈਂ ਡੀ ਟੀ ਸੀ ਦੀ ਬਸਤੀ ਮੈਂ ਵੇਹਨਾ ਪਿਆ ਮੈਂ ਸਾਹਮਣੇ ਡਿੱਠੇ ਉਹ ਧਾਨ ਧੋ ਕੇ ਧੋਤੀ ਬੱਧ ਕੇ ਖੜੇ ਕਿਆ ਲਾਜਪਤ ਨਗਰ 'ਚ ਮੈਂ ਉਹਨਾਂ ਵੇਹਨਾ ਪਿਆ ਮੇਰੇ ਦਿਮਾਗ 'ਚ ਇੱਕਦਮ ਆਈਏ ਇਹ ਗੇਲਾ ਰਾਮ
राजपाल है। तो मेरे जी मेरी भाभी आई मेरी माँ आई, मैं क्योंकि छोटा मैं ना लोगों को प्यार कर लिया, वो मेरे को चाह के बाहर बैठी रहेंगे। अच्छा पिताजी का क्या नाम आई, चाचा वाचा क्या क्या नाम? मेरे पिताजी का नाम कुंदन लाल खत्री, लेकिन उनको फुन्नन राम याद ध्यान उत्तम मेन तौर पे हूँ फुन्नन आ गया फुन्नन राम। हाँ फुन्नन राम, फुन्नन राम खत्री याद। अच्छा अच्छा भैया चाचे वाचे? चाचे मेरे बहन आई जुम्मा राम। अच्छा वो मेरे घर में लाल वाला घर मेरे चाचे रही। अच्छा ये उनके भरा नाम शोभा राम आई। अच्छा लेकिन वो है मुल्तान राम। अच्छा वो मुल्तान राम ने मुल्तान आंदे साल एक बारी दो बारी त्रै बारी चार बारी आंदे वो उठे घर चलाने। मेरे सामने वाला घर एक मास्टर गणेश दास खत्री। अच्छा वो कुल्ला तुरा बधेने कुल्ला पहनने सलवार कमीज पहनने स्कूल चो मास्टर। अच्छा उन्होंने घर मेरे सामने आई तई मास्टर गणेश दास। मास्टर गणेश दास वो मास्टर गणेश दास खत्री आ गया। वो उन्होंने मिलनसार लोगों से मिलना लोगों नाल गाल बात करनी बस्तियों से रामना उतनी बालों को रात को पढ़ावना। अच्छा लोग उन्हें जी बड़ी इज्जत करना। अच्छा तो सदर आने में पुआधी बस्ती। हाँ जी और उदो मुसलमान ने घर थोड़ी देर दूर मुसलमान ने घर इमें आई जी मुसलमान एक जनता जतनी है जेरी में अज तक गाल याद है। हाँ जत होंगे वो जड़े उठ गिन के समान उठ पे लड़ के या सवारे को मिला के। हाँ वो जत बस्ती जिमें मैं तो से रहना। हाँ तो मेरे नाल शादी है कहीं गांव में मेरे नाना गाली यार तो ढाई मील आई गाली। अच्छा, प्राय गाली बस्ती खतरे में आई पांच चार मील होती उतो। हाँ उतो भी उठते मैंने। अच्छा वो उठते मैंने से वो जनता जतनी आई मेरे बहुत प्यार है। अच्छा वो मैं कुछ चाह के अपने घर गिन मिली आई दूध पिलेंदी आई घूमेंदी आई बल मेरी घर आने के मेरे को ले मिल जाई। मतलब इतना प्यार वो मेरे इतना प्यार कर दिया उनको मेरे बहुत प्यार आई। वो आज मेरी जी माता जी उन्होंने मजाक कर जनता एक गाल दस तू बारिश को थंज पिलेंगी थंज। अच्छा दूध ठंड जाता ना उनको बालकृष्ण को बालकृष्ण मेरे लड़के को ठंड भी लेनी। हाँ मैं बिल्कुल पक्का भी लेनी मैं घिन मिल लिया इसको पक्का भी लेनी मैं बहुत प्यारा लग दे। हाँ तो वो इमेज के भजन राम जी का जो मंदिर है वो गेले राम जी के सुसरण। अच्छा ओ गेले राम जी। अच्छा गेले राम राजपाल जी वो सुसरण। हाँ मेरी आदत ये आई कि मैं सवेरे धान धो के मंदिर जरूर बैठना। अच्छा मत्था टेकन वो मंदिर से पिछो सारी जमीन आई ज्यादा कौन आई कई भी गई थोड़ी जी आडा पांच सात भी गई आई वो सारी आई वो भला उनका कब्जा भी सब जमालपुर शेखा ये सारे से मिला। लेकिन मेरे पिताजी न गए कब्जा के गए नहीं वो पास अपने बिजनेस गुजारे दे मेहनत करके गुजारा करना से उतना मनु मिले ना मिले तो उतना मैं मतलब एक सारे बस्ती के पुआधी बस्ती जी मशहूर हस्ती है एक उदोदास जी हकीम हैं। हकीम हाँ उदोदास उदोदास। हाँ वो दोपहर के बाद चौपड़ खेलते हैं। अच्छा वह सवेरे अपना मरीज देते हैं शाम को मरीज देते हैं। हाँ शाम को घाटे लेते हैं दोपहर नौ त्रे बजे तक ले के बाद चौपड़ से बह बन जाए चौपड़ खेल चौपड़ खेलते हैं। लेकिन वो बड़े हकीम हैं तकड़े हकीम हैं एक मुसलमान है क्या हिंदू को मैं मालम सुन दाम। हाँ। मैं कोई इंटरेस्ट भाई मैं सुन दाम शुरू तू मेरे इन गल दिलचस्पी है मैं सुन दाम उन्हें आखिया वह बेवकूफ के बच्चे। हाँ। वो हिंदू को आखिया तुसा इको लिखे दे मुसलमान लिखे दे को। हाँ। इको जो भी लिखे दे तो इनका ख्याल चौपड़ दे। हाँ। हर वक्त इतना चौपड़ बैठा कह दे दोपहर के बाद ये मरीज क्या देख सी मरीज क्या देख सी तो सवेरे दिखाया करो दोपहर के बाद निकलो ना गया करो। अच्छा हिंदू आख्या इमें एक तू दोपहर के बाद आ नहीं। अच्छा वो देता की में है क्या चीज नब्ज ले दाई नब्ज ले दाई नब्ज ले दाई। अच्छा भी याद रख करो ना पेशाब पेशाब बहुत सारे लोग पेशाब भर ले। हाँ पेशाब को ले दाई। अच्छा वो आख्या मुसलमान को हिंदू ने भाई तू तो इम्तहान गिन गए को ले गए ओ सही क्या काम किता हूँ बैल में पेशाब। हाँ बहुत बड़ी पाता। हाँ
हकीम साहब आके हाँ भाई दस अरे इको देखो है अरे घा खवाओ अच्छा एकदम छोड़ दी एकदम छोड़ दी आग दी थी इको घा खवाओ भूख लगी है अच्छा वो आदमी मुसलमान चक्कर जा गया वो क्या रे बाकी तो बहुत ही काबिल आदमी है क्यों इधर ध्यान ही चोपर तो एक इधर चोपर में पिशाब देख रजनी को पिशाब ला देख वो घा खवा वाले ये घा खवा की भूख लगी खड़ी अच्छा हूं तोरे पिताजी दा केड़ी शादा कारोबार है सारे पिताजी दी परचून दी दुकान है इमे जी मेरे पिताजी कुछ अरसा पहले बलूचिस्तान च गए अच्छा बलूचिस्तान च काम की थोने दुकान उन्हें यही भी पहले उठा उन्हें दिल ना लगा थोड़ा बहुत अपना काम ही ठीक है वो वाला है उन्होंने दुकान खोली बड़ी भीड़ होंगी मेरे पिताजी को गांव मुसलमान हिंदू खड़े रहा मैं कुछ ही मैं निकलता मैं हैरान थे नाम जे आदमी लंघिया खत्री राजा क्या हाल है खत्री राजा तो मैं पेरे पौधा अच्छा भगवान राम दे अच्छा मनुष्य जाए भगवान राम दे खत्री जाए ना खत्री इतना खत्री आगे राजपूत उतना खत्री खत्री की बजाय खत्री आ जाए खत्री राजा क्या हाल है खत्री राजा राम राम खत्री बाल राम मैं छोटा मजाक करने के उनके बाद भाऊ जी अंगोवन के जो सारी पौधी बस्ती है जी बल उभा बेड़ा लम्मा बेड़ा दबी अब बाजार है बड़ा तकड़ा अच्छा स्कूल वगैरह कितना है स्कूल में है जी कि सीधा सड़क ते बन के स्कूल भाई डीवी स्कूल निरंजन दास नारी बस्ती है तो से थोड़ी दूर आर्य समाज बड़ा पक्का ही पगड़ी बजे लाई पिछो बल्के वो आर्य समाज उठा ही स्कूल है वो बड़ा जब कहता ना टॉप का स्कूल है बहुत अच्छी पढ़ाई बाले वास्ते हॉस्टल आई बोर्डिंग हाउस आता है बोर्डिंग मुसलमान पढ़ते हैं उन्हें हाँ मुसलमान थोड़े बहुत पढ़ लेकिन ज्यादातर हिंदू है मुसलमान पढ़ गए ना कोई दिक्कत नहीं मत लेकिन ज्यादातर हिंदू पढ़ते तो तुम्हें कोई यार दोस्त याद है दूसरा रहे नाम कोई दूसरा रहे को नाम देखो जी याद एक था हाई रहमान रहमान है रहमान अच्छा हाँ ओ मैं खेल दाई अनके पर घर हिंदू के बाद मुसलमान के घर हाँ। मुसलमान के घर एक मोहम्मद इकबाल इकबाल है इकबाल है अच्छा इकबाल है हम तो अभी सब मनो को आखो जी पाली बस्ती दे बीच यानी मेन बाजार दे बीच दुकान है उन बालकृष्ण दे पिताजी दी उधर नाल एक विशन दास ठेकने वाला है अच्छा सब तो मशहूर जड़ी जगह उठा हकीम उधर दास दी जगह है अच्छा दुकान उठी आई तले थलाई उचो पर के दे अच्छा ये तो नाल पड़ दे रहेगा इन जे तो नाल से ने छोटा मैं आर्य समाज मंदिर बन के मैं उंगले मेले नाल खेल दिया ने अच्छा प्यार मोहब्बत की में नहीं मुसलमान हिंदू है के में ही मुसलमान हिंदू में जितना प्यार है मैं तुम दसा कि कोई उठा मैं कम से कम कुछ लोग खास कुछ चलती हो वो लोग हिंदू मुसलमान का समाज पैदा ना कर मुसलमान पैदा मुसलमान भाईचारा आई प्यार आई कोई लड़ाई झगड़े की गल उठा कौन आई फिर कम प्रसिद्ध गल एक दूसरे से कम आवना कम आवना एक बजे शादी ब्याह से मिलना कम पूछना शादी ब्याह से मिलना हूँ जिमें जत बरात होगी हिंद में दी जत आने उठ गिन के जत जो आने वाला उठा बन के पक्का पस्ता भाई ठाकुर दे जो अच्छा अपनी रोटी आप बने सो मुसलमान हिंदू उतरे हिंदू जो है ना मुसलमान को नाल रोटी लगभग शादी परहेज कर वो पक्का पस्ता समान गिन अपनी रोटी उठाई बड़े मिलन चंद उंगले में गिर सकते हो अच्छा एक तोसा शरीफ दरगाह भी था उठा हाँ ख्वाजा निजाम दिन की दरगाह है जी मेरा फोटो आना पहले जी 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 आना पाए ख्वाजा निजाम दिन की दरगाह आई उसे लुरटे वाला खूह आते हैं लुरटे वाला खूह लुरटे वाला खूह लुरटा लुरटे वाला अच्छा उठा लोग पानी भर रहे हैं अच्छा उन्हें दरगाह दे भी चाहिए खूह दरगाह जो बाहर बड़ा जबरदस्त खूह आएगी अच्छा उठा वो लोग पानी भर रहे हैं पानी बहुत शानदार और मीठा पानी आए अच्छा अंदर दरगाह आई उठा ख्वाजा साहब बैठे रहे हैं अच्छा उठा मुसलमान जरे उनके जरे मनन्यान ख्वाजा साहब को ख्वाजा साहब को जरे मनन्यान
ਉਹ ਆਂਦੇ ਆ ਉਹਨਾਂ ਵਾਸਤੇ ਰਾਵਣ ਦੀ ਜਗਾਈ ਜਿਵੇਂ ਆਉਂਦੇ ਹੋ ਤੁਸੀਂ ਉੱਥੇ ਉਹ ਟਿਕਦੇ ਹਨ ਬਾਂਧਦੇ ਹਨ ਰੋਟੀਆਂ ਖਾਂਦੇ ਹਨ ਉਹ ਫਰੂਟ ਗਿਣਾਉਂਦੇ ਹਨ ਸੁੱਕੇ ਮੇਵੇ ਗਿਣਾਉਂਦੇ ਹਨ ਖਾਜਾ ਸਾਹਿਬ ਵਾਸਤੇ ਪੂਜਾ ਖਾਜਾ ਸਾਹਿਬ ਦੀ ਉਹ ਬੜੀ ਇੱਜ਼ਤ ਕਰਦੇ ਹਨ ਜਿਹੜੇ ਵੇਲੇ ਝਗੜਾ ਸਿਉਣ ਲੱਗਾ ਤਾਂ ਮੁਸਲਮਾਨ ਸਾਡੇ ਹਿੰਦੂਆਂ ਦੇ ਖਿਲਾਫ ਕਾਨਾ ਫੂਸੀ ਕਰਨ ਲੱਗੇ ਬਈ ਇਹਨੂੰ ਕੋ ਲੁੱਟੋ ਇਹਨੂੰ ਕੋ ਮਾਰੋ ਕੁੱਟੋ ਖਾਜੇ ਆਖਿਆ ਨਿਜ਼ਾਮਦੀਨ ਨੇ ਅਗਰ ਕਈ ਅੱਖ ਨਹੀਂ ਤਰਫ ਡਿੱਠੀ ਨਾ ਉਹਦੇ ਮੈਂ ਗੜਬੜ ਕਰ ਦਿਆ ਸਾਂ ਇਹ ਮੇਰੇ ਇਹ ਸਿਰਫ ਮੈਂ ਇਹਨਾਂ ਦਾ ਰਖਵਾਲਾ ਸਾਕੂ ਖਾਜਾ ਸਾਹਿਬ ਦਾ ਬੜਾ ਸਹਿਯੋਗ ਮਿਲਿਆ ਜੀ ਉਹਦੇ ਬਾਅਦ ਅਸਾਂ ਜੀ ਆਪਣਾ ਫਰਮਾਨ ਲੱਡ ਕੇ ਜਿਵੇਂ ਆਖੋ ਨੇ ਵੀ ਵੰਜੋ ਹਿੰਦੁਸਤਾਨ ਪਾਕਿਸਤਾਨ ਬਣ ਗਏ ਸਾਡੇ ਪਿਓ ਮਾਂ ਨੇ ਆਪਣਾ ਸਮਾਨ ਜਿਹੜਾ ਜ਼ਰੂਰੀ ਹੈ ਉਹ ਬਣਿਆ ਬਾਕੀ ਘਰ ਬਈ ਵੱਲ ਆਸੂੰ ਮੁਲੇ ਦਿਮਾਗ ਹੈ ਜੇ ਵੀ ਵੱਲ ਆਵੇ ਸੂੰ ਵੱਲ ਆਵੇ ਸੂੰ ਸਾਡਾ ਮਕਾਨ ਬੜਾ ਪੱਕਾ ਹੈ ਜੀ ਅੱਛਾ ਦਰਗਾਹ 'ਤੇ ਵਹਿੰਦੇ ਆਵੇ ਤੁਸੀਂ ਵਹਿੰਦੇ ਆਵੇ ਦਰਗਾਹ 'ਚ ਮੈਂ ਜਿਹੜਾ ਨਾ ਇਵੇਂ ਟੁੱਟਦੇ ਫਿਰਦੇ ਪਿਓ ਦੇ ਨਾਲ ਜਿਵੇਂ ਖੂਹ ਦਾ ਪਾਣੀ ਭਰਨ ਗਿਓ ਸੇ ਬਾਹਰੋਂ ਲਿਦਿਆ ਸੇ ਸ਼ਾਨਦਾਰ ਦਰਗਾਹ ਜੀ ਬਹੁਤ ਸੋਹਣੀ ਖਵਾਜਾ ਸਾਹਿਬ ਗੁਲਵਾਨ ਕੇ ਮਿਲਦੇ ਆਵੇ ਖਵਾਜਾ ਸਾਹਿਬ ਲੈ ਗਿਆ ਸੀ ਬਾਹਰੋਂ ਬੈਠਣ ਦੇ ਗੱਦੇ 'ਤੇ ਬਾਲ ਅੰਮ ਹੈ ਛੋਟਾ ਅੰਮ ਹੈ ਇਤਨਾ ਵੱਡਾ ਦਾ ਨਾਮ ਛੋਕਲ ਲਿਦਾ ਉਹਲੇ ਖਵਾਜਾ ਕੋਣ ਹਨ ਹੁਣ ਤਾਂ ਉਹਨਾਂ ਦੇ ਪਰਿਵਾਰ ਆ ਗਏ ਨਾ ਪੀੜ੍ਹੀ ਦਰ ਪੀੜ੍ਹੀ ਉਹਲੇ ਖਵਾਜਾ ਨਾਮ ਯਾਦ ਹੈ ਨਿਜ਼ਾਮਦੀਨ ਨਿਜ਼ਾਮਦੀਨ ਤੇ ਥਈ ਥੀ ਅੱਛਾ ਇਹ ਨਿਜ਼ਾਮਦੀਨ ਲਿਆ ਹੈ ਉਹਨਾਂ ਖਵਾਜਾ ਨਿਜ਼ਾਮ ਉਹ ਖਵਾਜਾ ਨਿਜ਼ਾਮਦੀਨ ਹੈ ਅੱਛਾ ਅੱਛਾ ਸਾਡੇ ਜਿਹੜੇ ਸਾਰ ਲਾ ਵੱਡਾ ਖਵਾਜਾ ਉਹਲੇ ਨਿਜ਼ਾਮਦੀਨ ਹੈ ਅੱਛਾ ਵਾਲੋ ਨਿਜ਼ਾਮਦੀਨ ਗੁਰਗਾਵਾ ਆਇਆ ਹੈ ਅੱਛਾ ਗੁਰਗਾਵਾ ਉਹ ਆਇਆ ਅਜਮੇਰ ਅੱਛਾ ਤੌਸਾ ਸ਼ਰੀਫ ਅਜਮੇਰ ਸ਼ਰੀਫ ਦਾ ਆਪਸੀ ਤਲੁਕ ਹੈ ਜੀ ਤਲੁਕ ਹੈ ਤਲੁਕ ਹੈ ਉਹ ਅਜਮੇਰ ਸ਼ਰੀਫ ਜ਼ਿਆਰਤ ਕਰਨ ਚਾਹਿਆ ਜ਼ਿਆਰਤ ਆਉਂਦਾ ਨਾ ਜੀ ਜੀ ਯਾਤਰਾ ਥਾ ਯਾਤਰਾ ਨੇ ਉਹ ਜ਼ਿਆਰਤ ਜ਼ਿਆਰਤ ਜੀ ਉਹ ਆਂਦਾ ਆਂਦਿਆ ਜਿਹੜੇ ਲੋਕਾਂ ਨੂੰ ਪਤਾ ਲੱਗਾ ਤੌਸੇ ਵਾਲੇ ਕੋ ਕਿ ਭਾਈ ਖਾਜਾ ਸਾਹਿਬ ਆਉਂਦੇ ਪਏ ਉਹਨੇ ਮੰਨ ਕੇ ਉਹ ਖਾਜਾ ਸਾਹਿਬ ਦਿੱਲੀ ਮੰਨ ਕੇ ਮਿਲੇ ਅੱਛਾ ਵੀ ਤੁਸੀਂ ਗੁਰਗਾਵਾਂ ਚੱਲੋ ਉਹ ਗੁਰਗਾਵਾਂ ਆਇਆ ਜੀ ਡੋਲ ਦਮਾਮੇ ਨਾਲ ਬੈਂਡ ਬਾਜੇ ਨਾਲ ਉਹਦਾ ਜਲੂਸ ਕੱਢਿਓ ਨੇ ਸਾਰੇ ਪੰਜਾਬੀ ਤੌਸੇ ਦੇ ਆਸ ਪਾਸ ਦੇ ਇਕੱਠੇ ਰਹੇ ਰਾਮ ਤਨ ਗੁਲਾਟੀ ਬਿਗਾੜ ਕੇ ਬਾਹਰ ਮਾਈਕ ਵਗੈਰਾ ਲੱਗਾ ਟੈਂਟ ਲੱਗਾ ਜਲੂਸ ਉਹਦਾ ਸਵਾਗਤ ਕੀਆ ਹਾਂਜੀ ਰੋ ਪਏ ਲੋਕ ਉਹ ਉਹਦੇ ਅੱਖੀ ਜਾ ਕੇ ਆ ਗਏ ਤਈ ਰੋਏ ਨਾ ਕਿ ਦੇਖੋ ਇਹਨੇ ਬਚਾ ਕੇ ਭੇਜਾ ਹੀ ਨਹੀਂ ਤੇ ਕਈ ਜਾਂਦੇ ਨਹੀਂ ਤੇ ਕਈ ਜਗ੍ਹਾ ਤੇ ਜਿਸਾ ਮਾਰੇ ਨੂੰ ਤੋਂ ਜਿਵੇਂ ਮੈਂ ਤਾਂ ਕੋਈ ਦੱਸਾਂ ਜੀ ਗੱਲ ਸੁਣਾ ਮਮੂਰੀ ਕਈ ਜਾਂਦੇ ਮਮੂਰੀ ਝਗੜੇ ਪੈ ਲੇਕਿਨ ਤੁਹਾਨੂੰ ਪੂਰੀ ਤਰ੍ਹਾਂ ਬਚਾ ਕੇ ਭੇਜੇ ਇਵੇਂ ਜੀ ਸਭ ਨੂੰ ਪੂਰੀ ਤਰ੍ਹਾਂ ਬਚਾ ਕੇ ਭੇਜੇ ਨਾ ਅੱਛਾ ਇਹ ਜਿਹੜੇ ਗਦਰ ਸ਼ੁਰੂ ਥਿਆ ਡਾਕਾ ਆ ਜਾਂਦਾ ਉਹਨਾਂ ਕਹਿੰਦਾ ਡਾਕਾ ਇਹ ਡਾਕੇ ਤੁਸੀਂ ਉਹ ਸੂਚਨਾ ਕਿਵੇਂ ਮਿਲੀ ਵੱਲ ਕਿਵੇਂ ਕਿਵੇਂ ਸਾਰਾ ਥਿਆ ਇਵੇਂ ਜੀ ਮੈਂ ਕੋਈ ਇਹ ਪਤਾ ਕੋਈ ਨਹੀਂ ਡਾਕਾ ਸੀ ਗਿਆ ਚਿਹਰੇ ਜੰਮਾ ਪੈਲ ਗਏ ਬਈ ਇੱਥੋਂ ਵੰਜਣੇ ਆਪਣੇ ਘਰ ਇੱਥੋਂ ਪਾਕਿਸਤਾਨ ਘਰ ਛੋੜਨੇ ਪਸੰਦ ਉੱਥੋਂ ਵੰਜੇ ਇੱਕਦਮ ਆ ਗਿਆ ਜੀ ਅਸਾਂ ਬੈਠੋ ਸੇ ਬਲ ਇਵੇਂ ਜੀ ਤੌਸੇ ਆ ਗਏ ਉਸੇ ਇਹ ਤੌਸੇ ਤੋਂ ਦਿਲ ਲਗਾ ਸਿਖਾਇਆ ਮਲ ਇਹ ਗੱਡੀ ਛੋਟੀ ਲੈ ਗਈ ਮਲ ਮੁਜ਼ੱਫਰਗੜ ਉੱਥੋਂ ਕੋਲ ਕਿਹੜੇ ਸ਼ਹਿਰ ਆਇਆ ਵੇ ਅੱਛਾ ਜੀ ਪਹਿਲਾਂ ਮੈਂ ਤੁਹਾਨੂੰ ਮੈਂ ਦੱਸਾਂ ਇੱਥੋਂ ਆਣ ਕੇ ਆਇਆ ਜੇ ਹਿੰਦੁਸਤਾਨ ਵਿੱਚ ਮੇਰੇ ਮਾਮਾ ਜੀ ਹਨ ਉਹ ਬਲੋਚਿਸਤਾਨ ਦਾ ਹਨ ਅੱਛਾ ਉਹਨਾਂ ਦਾ ਕਾਰੋਬਾਰ ਹੈ ਉਸ ਉੱਥੇ ਪਹਿਲੇ ਉਹਨਾਂ ਕੋਲ ਮਿਲਿਆ ਉਹਨੇ ਸਾਨੂੰ ਨਾਲ ਨਿੱਤੇ ਜੀ ਅਸਾਂ ਪਹਿਲੇ ਅਲਵਰ ਗਏ ਅੱਛਾ ਅਲਵਰ ਸਾਡੇ ਮਾਮਾ ਜੀ ਕੋ ਮਕਾਨ ਅਲਾਟ ਥੀ ਗਏ ਸਾ ਕੋਈ ਮਕਾਨ ਅਲਾਟ ਥੀ ਗਏ ਮੇਰੇ ਪਿਤਾ ਜੀ ਬਾਜ਼ਾਰ ਗੁੜ ਦਾ ਕੰਮ ਕਰਨ ਲੱਗ ਗਏ ਲੇਕਿਨ ਉੱਥੇ ਪਤਾ ਲੱਗੇ ਕਿ ਸਾਰਾ ਤੌਸਾ ਜਿਹੜਾ ਹੈ ਉਹ ਗੁੜਗਾਵਾਂ ਹੈ ਡੇਰਾ ਗਾਜੀ ਤਹਿਸੀਲ ਅੱਛਾ ਜੀ ਅਲਵਰ ਛੋੜ ਕੇ ਸਾਰੇ ਮਾਮੇ ਹੋਣੀ ਦੇ ਮਕਾਨ ਅਲਾਟ ਥੀ ਗਏ ਉਹਨਾਂ ਦਾ ਕੰਮ ਸ਼ੁਰੂ ਥੀ ਗਿਆ ਉਹਨੇ ਕਿਹਾ ਵੀ ਤੁਸੀਂ ਮੈਨੂੰ ਦੇ ਵੰਜੋ ਅਸਾਂ ਨਹੀਂ ਅਸਾਂ ਵਾਲੇ ਇੱਥੇ ਪਹਿਲੇ ਵੀ ਆਏ ਅੱਗੋਂ ਆਊਂ ਤਾਂ ਉੱਥੋਂ ਆਉਣ ਦੇ ਬਾਅਦ ਵੱਲ ਕੋਈ ਆਉਣ ਮੰਨਣ ਦਾ ਰਸਤਾ ਖੁੱਲ੍ਹਾ ਕੋਈ ਚਿੱਠੀ ਪੱਤਰੀ ਕਈ ਨਾਲ ਗੱਲ ਨਾ ਨਾ ਵੱਲ ਮੈਂ ਕੋਈ ਯਾਦ ਕੋ ਨਹੀਂ ਕੋਈ ਚਿੱਠੀ ਪੱਤਰੀ ਇਵੇਂ ਸੁਣ ਲਿਆ ਸੀ ਬਈ ਉਹ ਲੋਕ ਤੁਹਾਨੂੰ ਯਾਦ ਕਰਨ ਮੈਂ ਇੱਕ ਗੱਲ ਮੈਂ ਸੁਣੀ ਕੋਈ ਦਿੱਲੀ ਦਾ ਆਦਮੀ ਆਈ ਉਹਦਾ ਨਾਂ ਕੁੰਦਨ ਲਾਲ ਆਈ ਕੁੰਦਨ ਲਾਲ ਹਾਂ ਉਹ ਗਿਆ ਕੋਟ ਕਸਰਾਣੀ ਠੀਕ ਹੈ ਬਿਲਕੁਲ ਉਹ ਗਿਆ ਪਾਸਪੋਰਟ ਗਣ ਕੇ ਕੋਟ ਕਸਰਾਣੀ ਉਹ ਬਸਤੀ 'ਚ ਗਿਆ ਵਾਂਝੇ ਲੋਕਾਂ ਕੋ ਮਿਲਿਆ ਮਾਸਟਰਾਂ ਕੋ ਮਿਲਿਆ ਉਹਦੀ ਵੀ ਗੱਲ ਇੱਥੇ ਗੁਰਗਾਵਾਂ ਦੀ ਬੜੀ ਚਰਚਾ ਥਈ ਕਿ ਬੈਠੋ ਵੱਲ ਕ੍ਰਿਕਟ ਦੇ ਮੈਚ ਦੇ ਛੂਟ ਮਿਲੀ ਆਈ ਕੁਝ ਲੋਕ ਲਾਹੌਰ ਮੁਲਤਾਨ ਤੱਕ ਗਏ ਕ੍ਰਿਕਟ ਉੱਥੇ ਵੀ ਗਏ ਕੁੱਲ ਮਿਲਾ ਕੇ ਇਹ ਕਿ ਹੁਣ ਅਗਰ ਵੱਲ ਵੀ ਹੁਣ ਜਿਵੇਂ ਸਰਕਾਰ ਛੂਟ ਦਿੱਤੀ ਪਈ
जेरे उठाओ दे आए ना कि इन्ने को वीजा दिखानी है, उन्हें पासपोर्ट घिनवाने, इन्ने को वीजा मिलवे सी ता थोड़ा अगर मौका लग सी तो सा एक चक्कर मार आ सब। मेरी जन्मभूमि है जी, देखने का हर केंद्र दिल पिंडी है जी, इनमें तो देखने का दिल तो हर कसा मेरा आज भी चले जा रहा। मेरा मकान आई, मैं घर के बाहर बैठा रहना है जी, इवें सारे घर पता नहीं किमें हालात क्या है। पाली बस्ती जवाब आती बालकृष्ण खत्री है जी, ते मैं वाली था लक्ष्मण का रोल चीते। मतलब मन करेंदे कि चले वरना एक बार। हाँ एक बार भी अपना इलाका जन्मभूमि देखूं तो अगर मौका मिले तो देखो, लेकिन हालात इमें। चलो ए देखिनो जी, आज भी इन्हें दा पूरा मन उठाइए कि अपनी जन्मभूमि एक बार देखूं, अपना घर देखूं। याद है ने छोटा आम तो जरे बारो बैठा रहा नाम सारे याद है ना, खत्री राजा बाल गुआ देन जिमें। तो आज भी वो वन के वो चौथरा वाले लेखन चाहते हैं पते है या का ना। तब मेरी सारे को हिक्का गुजारिश, तौसा शरीफ दे रावण आले या जरे तौसा आने वेंदे हो पुआधी बस्ती च बन के भंजन राम मंदिर आई, मंदिर दे कोई ना कोई थुन निशानियां दा मिली वैसे ना। हां भंजन राम दा मंदिर आई उने नाल इने दा घर आई खत्री दे घर केने खत्री दे घर न। तब मेरी हिक्का गुजारिश उ मोहल्ले दी वीडियो बना के भेजो, उठाओ दे कोई पुराने मकान खड़े ता उन्ने दे भेजो, और ये पता लगे ने खत्रिया दा घर के रह छ कोई ना पावे एक वीडियो फोटो में को जरूर देना, ताकि मैं खत्री साहब को ये दिखा के आज इन्हें पुराने यादा ताजे कर सका। क्योंकि जब तक ये पाकिस्तान नहीं आंदे मंतमऊ ने, लेकिन जब तक चक्का नहीं लगता तब तक इथाई बाय के ता अपना कम से कम देखें। और मेरी चलते चलते वाल सारे को हिक्का गुजारिश जेरी मैं हमेशा कहना कि साढ़े चैनल को दे देता बहु लोग पे हो, लेकिन सब्सक्राइब नहीं कहने पाए। गाली भी नल सारे थी नहीं है, राबता सारे थी ने, लेकिन सब्सक्राइब घट थे ना पाए। तो हिक हाथ जोड़ के गुजारिश कि फेसबुक तो ज़्यादा यूट्यूब ते ही कू तो सा करो, यूट्यूब ते भी वही मेरी आईडी है मिटरा भिरा अली, तो फेसबुक ते भी हुआ है। तई कुछ ज़्यादा तो ज़्यादा सब्सक्राइब करो, बेल आइकन का बटन दबाओ, तो ये वीडियो को भी ज़्यादा तो ज़्यादा शेयर करना, ताकि जो मोहब्बत पैगाम ते फुल असम देने बना के देने पे है ये ज़्यादा तो ज़्यादा मजबूत थी सके। बेटे नमस्कार, चाय बना।